ਚੁਗਲਖੋਰ ਵੱਜਦੇ ਆ ਆਪਾਂ ਪਿੰਡ ਚ ਚੁਗਲਖੋਰ ਅੜੇ ਆਪਣੀ ਅੱਗ ਲਾਈ ਕਿਤੇ ਬੋਝਦੀ ਆ ਯਾਰ ਸਿੰਧਿਆ ਸਹੀ ਗੱਲ ਆ ਹੁਣ ਆਪਾਂ ਇਦਾਂ ਕਰੀਏ ਕਿ ਹੋਰ ਕੋਈ ਘਰ ਲੱਭੀਏ ਉਹਨਾਂ ਨੇ ਆਪਣਾ ਤਾਂ ਯਾਰ ਕੰਮ ਹੀ ਹੈ ਸਹੀ ਗੱਲ ਆ ਆਪਣਾ ਤੇ ਕੰਮ ਹੀ ਆ ਚੁਗਲਖੋਰ ਆਪਾਂ ਬੰਦੇ ਦਾ ਕੰਮ ਕਰਦੇ ਰਹਿਣਾ ਚਾਹੀਦਾ ਸਹੀ ਗੱਲ ਆ ਵਿਹਲੇ ਨਹੀਂ ਰਹਿਣਾ ਚਾਹੀਦਾ ਚੱਲ ਹੋਰ ਘਰ ਦੇ ਜਲਦੀ ਕਰ ਫਿਰ ਹੁਣ ਕਰ ਲੈ ਸਟਾਰਟ ਕੋਈ ਹੋਰ ਵੀ ਘਰ ਦੇਖਣਾ ਆਪਾਂ ਕੋਈ ਸੁਖੀ ਥੋੜੀ ਰਹਿਣ ਦੇਣਾ ਆਪਾਂ ਪੈਣੇ ਤੂੰ ਸਾਡੀ ਟੀਮ ਜਾ ਕੇ ਸਾਨੂੰ ਮੈਚ ਤੇ ਟੋਣੇ ਚ ਟੋਣਾ ਹਾਂ ਭੈਣੇ ਮੈਂ ਤੁਹਾਡੇ ਨਾਲ ਆ ਉਹ ਹਰਮ ਤੇ ਇੱਕ ਦਿਨ ਮੇਰੇ ਨਾਲ ਲੜੀ ਸੀ ਉਹਨ ਤਾਂ ਹਰਾਉਣਾ ਹੀ ਹਰਾਉਣਾ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਦੇਖ ਸੇਵਕ ਸਾਡੀ ਹੈਗਾ ਜਿੰਦ ਜਾਨ ਦਾ ਸਵਾਲ ਠੀਕ ਹੈ ਅਸੀਂ ਲਾਉਣਾ ਕ੍ਰਿਕਟ ਮੈਚ ਤੇ ਵੀਰ ਬਣ ਕੇ ਨਾ ਤੁਸੀਂ ਦੋਨੇ ਮੇਰੀ ਟੀਮ ਦੇ ਵਿੱਚ ਸ਼ਾਮਲ ਹੋ ਜਾਓ ਠੀਕ ਹੈ ਨਾ ਤੇ ਆਪਾਂ ਇਹ ਮੈਚ ਕਿਸੇ ਵੀ ਹਾਲਤ ਵਿੱਚ ਜਿੱਤਣੀ ਜਿੱਤਣਾ ਕੋਈ ਗੱਲ ਨੀ ਬਾਈ ਕੋਈ ਗੱਲ ਨੀ ਤੇਰੇ ਨਾਲ ਆ ਤੈਨੂੰ ਜਿਤਾ ਕੇ ਦਮ ਲਵਾਂਗੇ ਦੱਸਾ ਹੈ ਨਾ ਮੇਰੇ ਜਿਗਰੀ ਯਾਰ ਆ ਮਾਣ ਆ ਮੈਨੂੰ ਨਾ ਬਹੁਤ ਧੰਨਵਾਦ ਬਾਈ ਇਸ ਲਈ ਮੈਂ ਤੁਹਾਨੂੰ ਇੱਥੇ ਬੁਲਾਇਆ ਸੀ ਰਾਤ ਨੂੰ ਤਾਂ ਕਿ ਉਹਨਾਂ ਨੂੰ ਨਾ ਕਿਸੇ ਨੂੰ ਪਤਾ ਲੱਗ ਜੇ ਨਾ ਨਾ ਵੀਰੇ ਨਾ ਬਾਈ ਇਹ ਹੈ ਜਿੰਨਾ ਟੈਨਸ਼ਨ ਲੈ ਹਾਂ ਬਸ ਤੁਸੀਂ ਗਰਾਊਂਡ 'ਚ ਆ ਜਾਓ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਪਹੁੰਚਦੇ ਬਾਈ ਚਲ ਠੀਕ ਹੈ ਠੀਕ ਹੈ ਦੇਖ ਦੀਪੀ ਇਹ ਆ ਮੇਰਾ ਜਿਗਰੀ ਯਾਰ ਮੀਤਾ ਤੇ ਕ੍ਰਿਕਟ ਦਾ ਅੱਡਾ ਵਧੀਆ ਖਿਡਾਰੀ ਹੈ ਕਿ ਪੁੱਛਣਾ ਬਸ री भाभी भी आपां तैयार करती क्रिकेट वास्ते ठीक है ये भी सारा दिन खुदो वांगू भजी फिरदी रहिंदी है ठीक है बस तुहानूं समझ आ ही गई होनी आ कल नूं मेरा वीर बन के ना ग्राउंड दे विच आ जी अपने यार पक्के पूरा जितांगे आपां मैच तूं टेंशन कोई नहीं है परमात्मा करे हसते खेलते रहिए नजर ना लगे ना गल सुन जिन्ना चिर तू मेरा सत्कार करती रहेगी उन्ना चिर मैं तेरा सत्कार करता रहा पीढ़ी ते बहो फिर तू कि बवेंगी जे तुसी पीढ़ी ते बह जाओगे जमीन टोआ पट के बह जाऊ अच्छा जे उस टोए च मैं बैठ जू फिर मिट्टी पा के पूर भी देवांगे शाबाश है तेरे पुत्र शाबाश है तेरी चल कोई गल नहीं कर लेंगे चार दिन रांझा रा जी दो दिन आ बापू परसों चौथे का मैच आ कर लो ऐश कर लो प्यार दियां गल्लां उदों बाद तां तैनूं वांड ही लैणा मैनू वंड लैणा छाड़ियो मैं खंड दी बोरी वी अद्धी जी कर लैणी आ वंडण नूं मैं की वंड लैणा तूं करो गल्लां तुसीं ओए असीं तां जाके आ जा मैच खेडदे आ करदे आ तैयारी आखेड छाड़े लत्त मां बचे मैच दी तैयारी मेरे गल्लां जगीर कोरे गल्लां कर कर ओ बल्ले बल्ले मासड़ा की हाल आ आ गया आ आ आ
घर कितरे वंडिया पई जन सोनू वंडन वास्ते मैच की तैयारी करी जाते मैनू ये नहीं समझ आती भी मैं केड़े हिस्से आऊंगा लड्डू पुत वंडिया ते हर घर च पैदियां दो भरा जिथे रेंगे आ उथे अड अड ते हुंदे ही आ पर मेरी माड़ी गद्दी लाज ने जिस की कीता ओए आप ते वंडियां पाईयां पईयां साडे दोने जीआं च वी वंडियां पातियां हैं ते सारे नूं तो मैच रखदा ते मैच दे विच की रखिया इहो जी जिहड़ा जित्तूगा बुढ़ा हो रहू दस मैनूं वर्ल्ड कप बणा के मैच नहीं होण दिंदा की कर लेगा कहावत नहीं चलती ना बजूगी बीन ते ना निकलूगा सप कहावत चलू इत कहावत भी ना बजूगी बीन ते ना निकलूगा सप ना निकलूगी बीन वजूगा सप वजूगी बीन निकलूगा सप वजूगी बीन निकलूगा सप सप वही सप वही सप
ਓਏ ਕੱਲ ਵਾਲੇ ਅਮਲੀ ਦਾ ਕੀ ਬਣਿਆ ਤਾਂ ਜੀ ਰਾਤੀ ਚਲੇ ਗਏ ਸੀ ਘਰੇ ਅੱਛਾ ਤੁਹਾਡੀ ਜ਼ਬਾਨ ਤੋਂ ਹੋ ਗਈ ਹੋਣੀ ਆ ਨਹੀਂ ਜਨਾਬ ਤਾਂ ਮਰ ਚੱਲਿਆ ਸੀ ਕੁੱਕੀ ਬਿਨਾ ਆਪਣੇ ਗਲੇ ਪੈਣਾ ਸੀ ਮੈਂ ਤਾਂ ਭਜਾਤਾ ਉਹਨੂੰ ਓਏ ਤੁਸੀਂ ਥਾਣੇਦਾਰ ਨੱਥਾ ਸਿੰਘ ਦਾ ਨਾਂ ਬਦਨਾਮ ਕਰੋਗੇ ਹੁਣ ਜਿੰਨਾ ਚਿਰ ਇਸ ਥਾਣੇ ਵਿੱਚ ਨੱਥਾ ਸਿੰਘ ਹੈ ਨਾ ਤਾਂ ਕੋਈ ਗੈਰ ਕਾਨੂੰਨੀ ਕੰਮ ਹੋਏਗਾ ਤੇ ਨਾ ਕੋਈ ਉਹੋ ਜਿਹਾ ਵਹੀਕਲ ਚੱਲੇਗਾ ਵਹੀਕਲ ਤਾਂ ਆ ਗਿਆ ਸਰ ਫੜੋ ਰੋਕੋ ਇਹਨੂੰ ਆ ਗਈ ਮਗਰ ਪਾਇਆ ਤੂੰ ਗੱਡਾ ਜਿਹਾ ਗੱਡਾ ਨਹੀਂ ਜੀ ਇਹ ਤਾਂ ਟਰਾਲੀ ਹੈ ਰਾਹ ਚੋਂ ਨਿਕਲੀ ਹੈ ਤੇ ਟਰੈਕਟਰ ਕਿੱਥੇ ਆ ਟਰੈਕਟਰ ਟਰੈਕਟਰ ਅਗਲਾ ਡਰਾ ਪਾਵਾਂਗੇ ਤਾਂ ਉਹ ਚ ਨਿਕਲ ਆਊਗਾ ਜੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਪੱਤਰ ਪੱਤਰ ਤਿਹੱਤਰ ਚੁਹੱਤਰ ਪੰਝੱਤਰ ਛਿਹੱਤਰ ਸੌ ਆ ਪੂਰਾ ਪੂਰਾ ਤੁਸੀਂ ਇਹ ਪੈਸੇ ਦੇ ਕਿਉਂ ਗਿਣੇ ਜਾਂਦੇ ਹੋ ਓਏ ਕੁਛ ਨਹੀਂ ਜਗੀਰੋ ਕੀ ਦੱਸਾਂ ਤੈਨੂੰ ਕੱਲ ਅਸੀਂ ਰਾਤ ਗਏ ਸੀ ਟੋਏ ਪੁੱਟਣ ਅੱਛਾ ਲੱਡੂ ਨਾਲ ਲੈ ਗਿਆ ਮੈਨੂੰ ਆਹੋ ਠੀਕ ਆ ਪਹਿਲਾ ਟੋਆ ਪੁੱਟਿਆ ਤੇ ਸਾਰਾ ਥੱਪ ਨਿਕਲ ਆਇਆ ਟੋਏ ਵਿੱਚ ਹੀ ਰਹਿ ਗਏ ਤੇ ਮੈਂ ਤੇ ਹੁਣ ਪੈਸੇ ਗਿਣਦਿਆਂ ਕਿ ਇਹਦਾ ਲਵਾਵਾਂਗੇ ਲੰਗਰ ਅੱਛਾ ਤੇ ਰੱਬ ਗੜੀ ਅਰਦਾਸ ਕਰਾਂਗੇ ਹੇ ਪਰਮਾਤਮਾ ਆ ਮੈਚ ਵਾਲੇ ਦਿਨ ਮੀਂਹ ਪੈ ਜੇ ਤੇ ਮੈਚ ਹੋ ਜੇ ਡਰਾ ਐ ਤੇ ਨਾਲੇ ਗਾਛਣ ਮੇਰੀ ਮੈਚ ਤੇ ਤੂੰ ਜਾਣਾ ਮੇਰੇ ਨਾਲ ਨਾ ਮੈਂ ਨਹੀਂ ਜਾ ਸਕਦੀ ਮੈਥੋਂ ਨਹੀਂ ਦੇਖ ਹੋਣਾ ਇਹ ਸਭ ਕੁਛ ਜਗੀਰੋ ਮੈਂ ਚੇਤੋਂ ਬਗੈਰ ਕਿੱਦਾਂ ਚੱਲ ਜਾਊਂਗਾ ਨਾ ਤੁਸੀਂ ਚਲੇ ਜਾਇਓ ਮੈਥੋਂ ਨਹੀਂ ਜਾਇਆ ਜਾਣਾ ਮੈਂ ਨਹੀਂ ਦੇਖ ਸਕਦੀ ਗੱਲ ਤੇ ਤੇਰੀ ਇਹ ਵੀ ਸਹੀ ਆ ਕਿਉਂਕਿ ਜਦੋਂ ਆਪੇ ਚ ਵਿਛੋੜਾ ਹੋਵੇ ਉੱਥੇ ਜੜਿਆ ਥੋੜੀ ਨਾ ਜਾਂਦਾ ਇੱਕ ਜਗੀਰੋ ਆਪਾਂ ਬੱਚਿਆਂ ਲਈ ਕੀ ਨਹੀਂ ਕੀਤਾ ਹਰ ਸੁਪਨਾ ਪੂਰਾ ਕੀਤਾ ਇਹਨਾਂ ਦਾ ਇਹਨਾਂ ਦੇ ਵਿਆਹ ਕੀਤੇ ਕਿੰਨੀਆਂ ਚਾਵਾਂ ਨਾਲ ਨੋਹਾਂ ਲੈ ਕੇ ਆਏ ਪਰ ਇਹਨਾਂ ਬੱਚਿਆਂ ਨੇ ਸਾਡੀ ਪੂਰਾ ਕਦਰ ਨਹੀਂ ਪਾਈ ਜਾਂਦੇ ਉਮਰੇ ਸਾਨੂੰ ਹੀ ਅੱਟ ਕਰਨ ਲੱਗ ਗਏ ਸਾਡੀਆਂ ਹੀ ਵੰਡੀਆਂ ਪਾਉਣ ਲੱਗ ਗਏ ਮੈਂ ਕੀ ਦੱਸਾਂ ਜਗੀਰੋ ਮੈਂ ਕੀ ਸੋਚਿਆ ਜੀ ਕੀ ਹੋ ਗਿਆ ਇਹ ਬੱਚਿਆਂ ਦੇ ਇੰਨੀਆਂ ਰੀਝਾਂ ਰੱਖੀਆਂ ਸੀ ਮੈਂ ਸੋਚਿਆ ਸੀ ਕਿ ਇਹ ਜਵਾਨ ਹੋ ਕੇ ਬਜ਼ੁਰਗ ਮਾਂ ਪਿਓ ਦਾ ਸਹਾਰਾ ਬਣਨਗੇ ਪਰ ਜਗੀਰੋ ਸਭ ਕੁਛ ਖਤਮ ਹੋ ਗਿਆ ਜਗੀਰੋ ਸਭ ਕੁਛ ਖਤਮ ਹੋ ਗਿਆ ਕੋਈ ਗੱਲ ਨਹੀਂ ਜਗੀਰੋ ਜੇ ਤੂੰ ਨਹੀਂ ਜਾਣਾ ਤੇ ਕੋਈ ਗੱਲ ਨਹੀਂ ਪਰ ਮੈਨੂੰ ਤਾਂ ਜਾਣਾ ਹੀ ਪੈਣਾ ਕਿਉਂਕਿ ਮੈਂ ਵੀ ਦੇਖਣਾ ਚਾਹੁੰਦਾ ਕਿ ਕਾਜੂ ਕੀ ਮੁੰਡੇ ਔਰ ਨੋਹਾਂ ਸਾਡੇ ਅਰਮਾਨਾਂ ਨਾਲ ਕਿਵੇਂ ਖੇਡਦੇ ਆ ਲਓ ਜੀ ਇੱਕ ਮੰਨੇ ਮੇਰੇ ਭਾਈ ਦੀ ਟੀਮ ਦੂਜੇ ਬੰਨੇ ਆ ਕਾਲਾ ਕੁੜਤੇ ਵਾਲਾ ਕਾਲੇ ਪਜਾਮੇ ਵਾਲਾ ਕਾਲੇ ਦਿਲ ਵਾਲੇ ਦੀ ਟੀਮ ਦੋਵਾਂ ਟੀਮਾਂ ਦਾ ਵਿਚਕਾਰ ਮੈਚ ਹੋਣ ਲੱਗਾ ਟਾਸ ਮੇਰੇ ਭਾਈ ਨੇ ਜਿੱਤੀ ਆ ਪਹਿਲੀ ਬੱਲੇਬਾਜ਼ੀ ਕਰਨ ਦਾ ਫੈਸਲਾ ਭਾਈ ਨੇ ਲਿਆ ਹਾਂਜੀ ਦੋਵੇਂ ਟੀਮਾਂ ਤਿਆਰ ਟੀਮ ਦੇ ਵਿਚਕਾਰ ਇੱਕ ਬੰਨੇ ਨਾ ਜਿੱਤਣ ਦਾ ਰੱਖਿਆ ਬਾਪੂ ਜਿੱਤਣ ਵਾਲੀ ਟੀਮ ਨੂੰ ਬਾਪੂ ਮਿਲੇਗਾ ਹਾਰਨ ਵਾਲੀ ਟੀਮ ਨੂੰ ਬੇਬੇ ਮਿਲੂਗੀ ਦੋਵੇਂ ਟੀਮਾਂ ਜੇਤੂ ਰਹਿਣਗੀਆਂ ਇੱਕ ਹਿਸਾਬ ਨਾਲ ਪਹਿਲੀ ਬਾਲ ਆ ਗਿਆ 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 ਕੁਛ ਨੀ ਕਰ ਸਕਦੇ ਬਹੁਤ ਵਧੀਆ ਬੋਲਿੰਗ ਪਾਉਣ ਦਿਆ ਕਾਲੇ ਦਿਲ ਵਾਲਾ ਇਹਨੂੰ ਕਹਿੰਦੇ ਨਾ ਕਾਲਾ ਦਿਲ ਹੀ ਰਹਿਣਾ ਹਾਂ ਇਹ ਮੈਨੂੰ ਇੱਥੇ ਬੜਾ ਗੁੱਸਾ ਚੜਦਾ ਬਹੁਤ ਬੜੀ ਖਤਰਨਾਕ ਪਾਉਂਦਾ ਹਾਂ ਗਾੜੀ ਮੇਰੀ ਭੈਣ ਇਹ ਬੋਲ ਕਰਾਈ ਜੇ ਚੌਗਾ ਓਏ ਚੌਗਾ ਬੋਲ ਦੇ ਚੌਗਾ ਲੱਗ ਗਿਆ ਚੌਗਾ ਇਹਨੂੰ ਕਹਿੰਦੀ ਆ ਇਹ ਮੇਰੀ ਭੈਣ ਹੈ ਇਹਨੇ ਚੌਗਾ ਮਾਰਿਆ ਇਹਨੇ ਦੱਸਿਆ ਭਈ ਹੈਗੇ ਆ ਕੁਝ ਹਾਂ ਭੈਣ ਮੇਰੀ ਹਾਂ ਮੇਰੀ ਭੈਣ ਹੈ ਵਧੀਆ ਕਰੀ ਵਧੀਆ ਹਾਂ ਵਧੀਆ ਕਰੀ ਆਹੋ ਬਾਪੂ ਲੈਣਾ ਜੈ ਬੈਟਸਮੈਨ ਤਿਆਰ ਜੈ ਸਿੰਗਲ
ਸਿੰਘ ਉਹ ਭੱਜ ਉਹ ਭੱਜ ਛੇਤੀ ਕਰ ਚਲੋ ਜੇ ਸਿੰਗਲ ਓਏ ਆਊਟ ਆਊਟ ਤੇਰੀ ਅੰਪੈਰ ਯਾ ਮੈਂ ਤਾਂ ਫੈਲ ਤੂੰ ਆਊਟ ਕਿਉਂ ਕੀਤਾ ਆਊਟ ਓ ਭਾਈਆ ਚਾਗਾ ਮਾਰ ਚਿੱਕਾ ਮਾਰ ਉੱਲੂ ਦੇ ਪੱਠੇ ਅੱਠਾ ਦਾ ਮਾਰ ਭਾਈ ਓ ਭਾਈਆ ਚਾਗਾ ਲਾਤਾ ਭਾਈਆ ਜੇ ਮੈਂ ਤੈਨੂੰ ਆ ਸਕਦਾ ਮੈਂ ਤੇਰਾ ਮੂੰਹ ਚੁੰਮ ਲੈਣਾ ਸੀ ਪਰ ਮੈਂ ਆਪਣਾ ਮੂੰਹ ਨਹੀਂ ਗੰਦਾ ਕਰਦਾ ਹਾਂ ਠੀਕ ਹੈ ਆਉਂਦੋ ਹਾਂ ਠੀਕ ਹੈ टीम ने बेच तकरार ओ बैट्समैन ने मगली कुड़ी नु गाना गा लिया ओ भाई आया समझो लगा टीम नु अपनी हां माफिया मांग ला यार कुछ नहीं हुंदा मैं जितना आपा पापे दा वर्ल्ड कप खरना पापे नु जितना आपा चंगी बॉलिंग कराई आउट कर दे ढांडा दे सारा कुछ बापू खड़ना बापू आपा मैं जित के जाना हां जी भाई ने बॉल कराई भाई ने बॉल कराई भाई पहली बॉल च चौका खा के बह गया भाई तेन बॉल कराने की याद नहीं है और किनू ओवर दे बाजेगा ओ मासड़ ने मुंह तां चक्या ताड़ी मार लगा छिक्का लग गया मासड़ ने नाल ताड़ी रोक ली मासड़ नीवी पा गए वेंदा फिरदा मैं हुण की करा ते की ना करा मैं किधर जाऊं ਭਾਈਆ ਲਾਸਟ ਬਾਲ ਜਾ ਰਹੀ ਆ ਲਾਸਟ ਬਾਲ ਤੇਰੀ ਆ ਲਾਸਟ ਬਾਲ ਤੇ ਚੌਕਾ ਚਾਹੀਦਾ ਓ ਭਾਈਆ ਮਿਸ ਕਰਾ ਦੇ ਮਿਸ ਕਰਾ ਦੇ ਕਿ ਮਿਸ ਕਰਾ ਦੇ ਨਹੀਂ ਤਾਂ ਮੈਨੂੰ ਲਿਫਟ ਕਰਾ ਦੇ ਭਾਈਆ ਦੀ ਟੀਮ ਹਾਰ ਗਈ ਅਸੀਂ ਵਰ ਗਏ ਭਾਂਡੇ ਜਾ ਭਾਈਆ ਹੁਣ ਕੀ ਕਰੂ Thank you.
बापू का वर्ल्ड कप पम्मे की टीम आई जाता जे तू टीम पम्मा आवे ते हारी हुई टीम दीपा आवे ते ऐसा हमला आलो जी बापू होया तुहाडा ते एडी जायदाद भी होई तुहाडी। एक मिनट निशा फैल दे। बिशने ने सारी जायदाद सारा पैसा एक नौकर दे नाते कर कानून दे हिसाब नाल ਤੁਹਾਡੀ ਸਾਰੀ ਪ੍ਰਾਪਰਟੀ ਤੇ ਸਾਰੀ ਜਾਇਦਾਦ ਇੱਕ ਨੌਕਰ ਦੇ ਨਾਂ ਤੇ ਆ। ਜੇ ਤੁਸੀਂ ਨੌਕਰ ਦੇ ਨਾਲ ਚੰਗਾ ਵਿਹਾਰ ਕਰੋ ਤੇ ਨੌਕਰ ਤੁਹਾਨੂੰ ਸਾਰੀ ਪ੍ਰਾਪਰਟੀ ਵਾਪਸ ਵੀ ਕਰ ਸਕਦਾ। ਦਿੱਤਿਆ ਹੁਣ ਬਾਪੂ ਨੂੰ ਛੱਡ ਕੇ ਨੌਕਰ ਨੂੰ ਲੱਭੀਏ।